Hello everyone IRCC ਨੇ ਅੱਜ ਇੱਕ healthcare occupations ਦਾ ਡਰਾਅ ਕੱਢਿਆ ਹੈਗਾ ਜਿਹਦਾ ਕੱਟਆਫ ਗਿਆ ਹੈ 431 ਐਂਡ ਨੰਬਰ ਆਫ ਇਨਵੀਟੇਸ਼ਨ ਇਸ਼ੂ ਹੋਏ ਨੇ 3600 ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਪ੍ਰੋਗਰਾਮ ਦੇ ਅੰਡਰ ਤੁਸੀਂ ਆਪਣੀ PR ਕਿਦਾਂ ਲਾ ਸਕਦੇ ਹੋ ਜੇ ਤੁਹਾਡੇ ਕੋਲ ਆ ਸਾਰੀ occupations ਦੇ ਵਿੱਚ 1 ਜਾਂ 2 ਸਾਲ ਦਾ ਐਕਸਪੀਰੀਅੰਸ ਹੈਗਾ ਜਿਹੜਾ ਕਿ ਇਨਸਾਈਡ ਜਾਂ ਫਿਰ ਆਊਟਸਾਈਡ ਕੈਨੇਡਾ ਹੋ ਸਕਦਾ ਤਾਂ ਤੁਸੀਂ ਵੀ ਇਸ ਪ੍ਰੋਗਰਾਮ ਦੇ ਅੰਡਰ इजीली ਆਪਣੀ PR ਲਾ ਸਕਦੇ ਹੋ ਸੋ ਲੈਟਸ ਟੇਕ ਅ ਲੁੱਕ ਟੂਗੇਦਰ ਆ ਤੁਸੀਂ ਵੇਖ ਸਕਦੇ ਹੋ ਹੈਲਥ케ਅਰ ਦਾ ਡਰਾਗ ਐਜ 431 ਜੇ ਤੁਹਾਡੇ ਕੋਲ ਬੈਚਲਰਸ ਡਿਗਰੀ ਹੈਗੀ ਤੁਹਾਡੀ ਏਜ ਅਰਾਊਂਡ 29 ਹੈਗੀ ਇਹਦੇ ਉੱਤੇ ਹੈਗੀ ਤਾਂ ਵੀ ਤੁਸੀਂ ਐਲੀਜੀਬਲ ਹੋ ਸਕਦੇ ਹੋ ਮੇਕ ਸ਼ੋਰ ਤੁਹਾਡੇ ਪੁਆਇੰਟਸ ਬੰਦ ਰਹੇ ਹੋਣ ਜੇ ਤੁਹਾਡੇ ਕੋਲ ਇੱਕ ਤੋਂ 2 ਸਾਲ ਦੀ ਐਜੂਕੇਸ਼ਨ ਕੈਨੇਡਾ ਦੇ ਵਿੱਚ ਹੈਗੀ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੈਗਾ ਉਹ ਨੌਕ ਕੋਰਸ ਦੇ ਵਿੱਚ ਜਿਹੜੇ ਮੈਂ ਹੁਣੇ ਸ਼ੋ ਕੀਤੇ ਸੀਗੇ ਐਂਡ ਤੁਹਾਡੇ ਕੋਲ ਕੋਈ ਵੀ ਕੈਨੇਡੀਅਨ ਐਕਸਪੀਰੀਅੰਸ ਨਹੀਂ ਹੈਗਾ ਤੁਸੀਂ ਸਿਰਫ ਔਰ ਸਿਰਫ ਇੰਡੀਆ ਜਾਂ ਫਿਰ ਕਿਸੇ ਹੋਰ ਕੰਟਰੀ ਦਾ ਐਕਸਪੀਰੀਅੰਸ ਯੂਜ਼ ਕਰ ਸਕਦੇ ਹੋ ਉਤੋਂ ਇਲਾਵਾ ਜੇ ਤੁਹਾਡੇ ਆਇਲਸ ਦੇ ਵਿੱਚ 778 ਬੈਂਡ ਹੈਗੇ ਲਿਸਨਿੰਗ ਦੇ ਵਿੱਚ 8 ਬਾਕੀ ਸਾਰਿਆਂ ਦੇ ਵਿੱਚ 7 ਤਾਂ ਤੁਹਾਡਾ ਸਕੋਰ ਬਣ ਜਾਂਦਾ ਹੈ 452 ਜਿਹੜਾ ਕਿ ਇਹਦੇ ਨਾਲ ਈਜ਼ੀਲੀ ਮੀਟ ਹੋ ਜਾਂਦਾ ਹੈ ਜਿਹੜਾ ਅੱਜ ਕਟ-ਆਫ ਆਇਆ ਹੈ ਉਸ ਤੋਂ ਇਲਾਵਾ ਜੇ ਤੁਹਾਡੇ ਕੋਲ ਇੱਥੇ 2 ਦੀ ਜਗ੍ਹਾ 3 ਸਾਲ ਦਾ ایکسپੀਰੀਅੰਸ ਕਰਤਾ ਜਾਏ ਤਾਂ ਐਸ ਕੋਰ 477 ਪਹੁੰਚ ਜਾਂਦਾ ਜਿਹੜਾ ਕਿ ਬਹੁਤ ਹੀ ਵਧੀਆ ਸਕੋਰ ਹੈਗਾ ਫਿਊਚਰ ਡਰਾਜ਼ ਲਈ ਵੀ ਸੋ ਜੇ ਤੁਹਾਡੇ ਕੋਲ ਇੰਨਾ ਓਕਿਊਪੇਸ਼ਨਸ ਦੇ ਵਿੱਚ ایکسپੀਰੀਅੰਸ ਹੈਗਾ ਤਾਂ ਦਿਸ ਇਜ਼ ਵਨ ਆਫ ਦਾ ਬੈਸਟ ਪਾਥਵੇ ਟੂ ਗੈਟ ਯੂਰ ਪਰਮਨੈਂਟ ਰੈਜ਼ੀਡੈਂਸੀ ਜੇ ਤੁਹਾਡੇ ਬ੍ਰਦਰ ਸਿਸਟਰ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੈਗੇ ਐਂਡ ਉਹਨਾਂ ਨੂੰ ਵੀ ਇੰਨਾ ਓਕਿਊਪੇਸ਼ਨਸ ਦੇ ਵਿੱਚ ایکسپੀਰੀਅੰਸ ਆ ਤਾਂ ਉਹ ਵੀ ਆਪਣੀ ਪੀਆਰ इजीली ਲੈ ਸਕਦੇ ਨੇ ਥੈਂਕ ਯੂ